ਹਾਂਜੀ ਦੋਸਤੋ ਐਮਡੀ ਜੋਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਚੰਡੀਗੜ੍ਹ ਦੇ ਵਿੱਚ ਨਵੀਂ ਭਰਤੀ ਸੰਬੰਧੀ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋਇਆ ਹਾਂ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਲਈ ਇਸ ਵੀਡੀਓ ਨੂੰ ਅੰਤ ਤੱਕ ਦੇਖਣਾ ਅਗਰ ਤੁਸੀਂ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰਦੇ ਹੋ ਤਾਂ ਕਿ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਵੀ ਸਰਕਾਰੀ ਸਾਮੀ ਆਉਂਦੀ ਹੈ ਨੌਕਰੀਆਂ ਆਉਂਦੀ ਹੈ ਪ੍ਰਾਈਵੇਟ ਨੌਕਰੀਆਂ ਆਉਂਦੀ ਹੈ ਜਾਂ ਕੋਈ ਵੀ ਨਿੱਕੀ-ਮੋਟੀ ਨੌਕਰੀ ਆਉਂਦੀ ਹੈ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਜਾਂ ਕੋਈ ਨਵਾਂ ਅਪਡੇਟ ਆਉਂਦਾ ਹੈ ਉਸ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ ਜਿਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਸਾਡੇ ਟੈਲੀਗ੍ਰam ਚੈਨਲ ਨੂੰ ਵੀ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਕੋਈ ਵੀ ਪੀਡੀਐਫ ਫਾਈਲ ਆਉਂਦੀ ਹੈ ਰਿਜ਼ਲਟ ਸਬੰਧੀ ਪੀਡੀਐਫ ਫਾਈਲ ਨੋਟੀਫਿਕੇਸ਼ਨ ਦੀ ਪੀਡੀਐਫ ਫਾਈਲ ਅਸੀਂ ਸਾਡੇ ਟੈਲੀਗ੍ਰam ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ ਜਿੱਥੋਂ ਤੁਸੀਂ ਸਾਡੇ ਟੈਲੀਗ੍ਰam ਚੈਨਲ ਤੋਂ ਡਾਊਨਲੋਡ ਕਰਕੇ ਤੁਸੀਂ ਦੇਖ ਸਕਦੇ ਹੋ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜੋ ਪੋਸਟਾਂ ਆਈਆਂ ਨੇ ਜੀ ਉਹਨਾਂ ਪੋਸਟਾਂ ਨੂੰ ਤੁਸੀਂ ਆਨਲਾਈਨ ਤੇ ਆਫਲਾਈਨ ਦੋਨੋਂ ਤਰੀਕਿਆਂ ਨਾਲ ਤੁਸੀਂ ਭੇਜ ਸਕਦੇ ਹੋ ਅਪਲਾਈ ਕਰ ਸਕਦੇ ਹੋ ਜੀ ਜੋ ਸ਼ਾਰਟਲਿਸਟਡ ਕੈਂਡੀਡੇਟਸ ਹੋਣਗੇ ਜੀ ਉਹਨਾਂ ਨੂੰ ਇੰਟਰਵਿਊ ਦੇ ਲਈ ਬੁਲਾਇਆ ਜਾਵੇਗਾ ਕੁਝ ਇਹਨਾਂ ਨੇ ਨੋਟਸ ਵੀ ਦਿੱਤੇ ਆ ਕਿਵੇਂ ਅਪਲਾਈ ਕਰਨਾ ਜੀ ਸਭ ਤੋਂ ਪਹਿਲਾਂ ਕਵਰ ਨੋਟ ਹੋਵੇਗਾ ਹੈਂਡ ਰਿਟਨ ਐਪਲੀਕੇਸ਼ਨ ਹੋਣੀ ਚਾਹੀਦੀ ਹੈ ਕੋਈ ਟਾਈਪਡ ਐਪਲੀਕੇਸ਼ਨ ਨਹੀਂ ਹੋਣੀ ਚਾਹੀਦੀ ਨਾਲ ਤੁਸੀਂ ਆਪਣਾ ਜੋ ਬਾਇਓ ਡਾਟਾ ਅਪਡੇਟ ਕਰਨਾ ਹੈ ਜੋ ਕਿ ਡਾਟਾ ਸ਼ੀਟ ਹੋਵੇਗੀ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ thetribune school chd.com ਦੇ ਉੱਤੋਂ ਡਾਊਨਲੋਡ ਕਰ ਸਕਦੇ ਹੋ ਜੀ ਚਲੋ ਆਪਾਂ ਹੁਣ ਦੇਖਦੇ ਹਾਂ ਕਿਹੜੀਆਂ ਪੋਸਟਾਂ ਆਈਆਂ ਨੇ ਇਹ ਪੋਸਟਾਂ ਜਾਰੀ ਕੀਤੀਆਂ ਗਈਆਂ ਨੇ ਜੀ the tribune school ਜੋ ਹੈ ਚੰਡੀਗੜ੍ਹ ਦੇ ਵਿਖੇ ਹੈ ਉਹਨਾਂ ਵੱਲੋਂ ਇਹ ਪੋਸਟਾਂ ਜਾਰੀ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਕਟੋ ਕਟ 1 ਸਾਲ ਦਾ ਐਕਸਪੀਰੀਅੰਸ ਹੋਵੇ ਤਾਂ ਹੀ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ ਕਿਹੜੀਆਂ ਪੋਸਟਾਂ ਨੇ ਇੰਗਲਿਸ਼ ਟੀਚਰ ਦੀਆਂ ਪੋਸਟਾਂ ਨੇ ਉਮਰ ਹੱਦ ਰੱਖੀ ਗਈ ਹੈ ਜੀ 35 ਸਾਲ ਤੇ ਐਜੂਕੇਸ਼ਨ ਕੁਆਲਿਫਿਕੇਸ਼ਨ ਐਮਏ ਕੀਤੀ ਹੈ ਤੁਹਾਡੀ ਇੰਗਲਿਸ਼ ਦੀ ਬੀਐਡ ਕੀਤੀ ਹੈ ਨਾਲ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਸਕਿੱਲ ਸੈਟ ਚਾਹੀਦਾ ਹੈ ਜੀ ਐਕਸਲੈਂਟ ਇੰਗਲਿਸ਼ ਪ੍ਰੋਨਨਸੀਏਸ਼ਨ ਹੋਵੇ ਜੀ ਵੋਕੈਬਲਰੀ ਐਂਡ ਗ੍ਰਾਮਰ ਸਕਿੱਲਸ ਹੋਣੀਆਂ ਚਾਹੀਦੀਆਂ ਨੇ ਜੀ ਹਾਂਜੀ ਜਿਸ ਦੇ ਵਿੱਚ ਅਬਿਲਿਟੀ ਹੈ ਜੀ ਇਨਹਾਂਸ ਕਰਨ ਦੀ ਇੰਗਲਿਸ਼ ਲੈਂਗੁਏਜ ਨੂੰ ਉਹ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦਾ ਹੈ ਜੀ ਅਤੇ ਜੋ ਸ਼ਾਰਟਲਿਸਟਡ ਕੈਂਡੀਡੇਟਸ ਹੋਣਗੇ ਉਹਨਾਂ ਨੂੰ ਬੁਲਾਇਆ ਜਾਵੇਗਾ ਜੀ ਇੰਟਰਵਿਊ ਦੇ ਲਈ ਪ੍ਰੋਫੀਸ਼ੈਂਸੀ ਇਨ ਰਿਟਨ ਐਂਡ ਸਪੋਕਨ ਇੰਗਲਿਸ਼ ਬਹੁਤ ਜ਼ਰੂਰੀ ਹੈ ਜੀ ਤੇ ਜੋ ਗਲੋਬਲ ਟੀਚਿੰਗ ਟ੍ਰੈਂਡਸ ਨੇ ਉਹਨਾਂ ਦੇ ਵਿੱਚ ਕਨਵਰਸੈਂਟ ਹੋਣੀ ਜ਼ਰੂਰੀ ਹੈ ਜੀ ਯੂਜ਼ ਆਫ ਟੈਕਨੋਲੋਜੀ ਦੇ ਨਾਲ ਠੀਕ ਹੈ ਜੀ ਇਹਨਾਂ ਦੇ ਤੁਸੀਂ ਜੋ ਹੈ ਅਡਰੈਸ ਹੈ ਨੋਟ ਕਰ ਸਕਦੇ ਹੋ ਦਾ ਟ੍ਰਿਬਿਊਨ ਸਕੂਲ ਸੈਕਟਰ 29 ਡੀ ਚੰਡੀਗੜ 1630 ਇਹਨਾਂ ਦਾ ਜੀ ਪਿੰਨ ਕੋਡ ਹੈ ਜੀ ਇਹਨਾਂ ਦੀ ਜੋ ਈਮੇਲ ਆਈਡੀ ਜੀ ਆਫੀਸ਼ੀਅਲ ਪ੍ਰਿੰਸੀਪਲ TMS@gmail.com ਦੇ ਉੱਤੇ ਵੀ ਤੁਸੀਂ ਅਗਰ ਕੋਈ ਇਅਰੀ ਹੈ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਰਹੋ ਕਿਉਂਕਿ ਸਾਨੂੰ ਇਸ ਨਾਲ ਮੋਟੀਵੇਸ਼ਨ ਮਿਲਦੇ ਤੇ ਅੱਗੇ ਤੋਂ ਨਵੇਂ-ਨਵੇਂ ਵੀਡੀਓ ਤੁਹਾਡੇ ਤੱਕ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਜੀ ਤੇ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰਾਖਾ